ਚੌਥੀ ਕਹਾਣੀ ਅਬਰਾਹਮ ਇਸ ਹੋਗੀ ਪਰਮਾਤਮੇ ਦਾ ਵਾਅਦਾ। ਬਾੜਾ ਦੇ ਮਤੇ ਸਾਲ ਬਾਅਦ ਇਸ ਸੰਸਾਰ ਚ ਮਤੇ ਲੋਕ ਰਹਿੰਦੇ ਥੇ। ਕਨੇ ਸਾਰੇ ਸੰਸਾਰ ਚ ਇੱਕ ਹੀ ਭਾਸ਼ਾ ਕਨੇ ਇੱਕ ਹੀ ਬੋਲੀ ਥੀ। ਕਨੇ ਤੇਨਾ ਫਿਰੀ ਤੇ ਪਰਮਾਤਮੇ ਦੇ ਕਨੇ ਇੱਕੀ ਦੂਏ ਦੇ ਖਿਲਾਫ਼ ਪਾਪ ਕੀਤਾ। ਪਰਮਾਤਮੇ ਧਰਤੀ ਜੋ ਲੋਕਾਂ ਨੇ ਭਰਨੇ ਦਾ ਹੁਕਮ ਦਿੱਤਾ ਥਾ, ਅਪਰ ਤਿਨਾ ਪਰਮਾਤਮੇ ਦੇ ਹੁਕਮੇ ਦਾ ਪਾਲਨ ਨਹੀਂ ਕੀਤਾ। ਤਿਨਾ ਕਿੱਠੇ ਹੋਈ ਕਰੀ ਇੱਕ ਸਹਿਰੇ ਜੋ ਬਣਾਇਆ। ਸਹਿ ਬੜੇ ਘਮੰਡੀ ਥੇ। ਕਨੇ ਤਿਨਾ ਜੋ ਕਦੇ ਹੀ ਜ਼ਿੰਦਗੀ ਜੀਣੀ ਚਾਹੀਦੀ ਥੀ, ਇਸ ਬਾਰੇ ਚ ਸਹਿ ਪਰਮਾਤਮੇ ਦੇ ਹੁਕਮੇ ਦਾ ਪਾਲਨ ਨਹੀਂ ਕਰਨਾ ਚਾਹੁੰਦੇ ਥੇ। ਇੱਥੋਂ ਤਿਕਰ ਕਿ ਤਿਨਾ ਇੱਕ ਇਹਦੇ ਮੀਨਾਰ ਜੋ ਬਣਾਉਣਾ ਸ਼ੁਰੂ ਕਰੀ ਦਿੱਤਾ, ਜਿਹੜੀ ਸਵਰਗੇ ਤਿਕਰ ਪੁੱਜ ਗਈ। ਪਰਮਾਤਮਾ ਦੇਖਿਆ ਕਿ ਜੇ ਸਹਿ ਕਿੱਠੇ ਮਿਲੀ ਕਰੀ ਬੁਰਾਈ ਕਰਦੇ ਰਹਿਣਗੇ ਤਾਂ ਸਹਿ ਬੜੇ ਪਾਪੀ ਕੰਮਾਂ ਜੋ ਕਰੀ ਸਕਦੇ ਹਨ। ਇਸ ਤਾਈਂ ਪਰਮਾਤਮਾ ਤਿਨ੍ਹਾਂ ਦੀ ਭਾਸ਼ਾ ਜੋ ਕਨੇ ਬੋਲੀਏ ਜੋ ਬਦਲੀ ਦਿੱਤਾ। ਕਨੇ ਤਿਨ੍ਹਾਂ ਲੋਕਾਂ ਜੋ ਸਾਰੇ ਸੰਸਾਰ ਚ ਫੈਲਾਈ ਦਿੱਤਾ। ਜਿਸ ਸਹਿਰੇ ਜੋ ਤਿਨ੍ਹਾਂ ਬਣਾਉਣਾ ਸ਼ੁਰੂ ਕੀਤਾ ਥਾ, ਤੇ ਸਹਿਰੇ ਦਾ ਨਾਂ ਬੇਬੀਲੋਨ ਰੱਖਿਆ, ਜਿਸਦਾ ਮਤਲਬ ਹੈ ਗੜਬੜੀ। ਮਤੇ ਸਾਲਾਂ ਬਾਅਦ ਪਰਮਾਤਮਾ ਅਬਰਾਹਮ ਨਾਂ ਦੇ ਇੱਕੀ ਮਾਣੂਏ ਨੇ ਗੱਲ ਕੀਤੀ। ਪਰਮਾਤਮਾ ਤਿਸ ਨੇ ਗਲਾਇਆ, ਆਪਣੇ ਦੇਸੇ ਕਨੇ ਪਰਿਵਾਰੇ ਜੋ ਛੱਡੀ ਕਰੀ ਇਸ ਦੇਸੇ ਜੋ ਚਲੀ ਜਾ, ਜਿਹੜਾ ਮੈਂ ਤੀਜੋ ਦੱਸਗਾ ਮੈਂ ਤੀਜੋ ਅਸੀਸ ਦਿੰਗਾ। ਕਨੇ ਤੀਜੋ ਤੇ ਇੱਕ ਵੱਡੀ ਜਾਤੀ ਬਣਾਂਗਾ, ਮੈਂ ਤੇਰਾ ਨਾਂ ਮਹਾਨ ਕਰਗਾ। ਜਿਹੜਾ ਤੀਜੋ ਅਸੀਸ ਦਿੰਗਾ ਮੈਂ ਤਿਸੀਓ ਅਸੀਸ ਦਿੰਗਾ। ਕਨੇ ਜਿਹੜਾ ਤੀਜੋ ਸ਼ਰਾਪ ਦਿੰਗਾ ਮੈਂ ਤਿਸੀਓ ਸ਼ਰਾਪ ਦਿੰਗਾ। ਤੇਰੇ ਜ਼ਰੀਏ ਸੰਸਾਰੇ ਦੇ ਸਾਰੇ ਕੁੱਲ ਅਸੀਸ ਪਾਂਗੇ। ਪਰਮਾਤਮੇ ਦੇ ਬਚਨੇ ਮੁਤਾਬਕ ਅਬਰਾਹਮ ਸਭ ਕੁਛ ਛੱਡੀ ਕਰੀ ਚਲੀ ਗਿਆ। ਅਬਰਾਹਮੇ ਆਪਣੀਆਂ ਲਾੜੀਆਂ ਸਾਰੇ ਕਨੇ ਆਪਣੇ ਸਾਰਿਆਂ ਸੇਵਕਾਂ ਕਨੇ ਆਪਣੀਆਂ ਸਾਰੀਆਂ ਧਨ ਦੌਲਤਾਂ ਜੋ ਲਈ ਕਰੀ ਕਨਾਨ ਦੇਸੇ ਜੋ ਚਲੀ ਗਿਆ, ਜਿਹੜਾ ਪਰਮਾਤਮਾ ਤੁਸੀਂ ਦੱਸਿਆ ਥਾ। ਅਬਰਾਹਮ ਤਿੱਥੋਂ ਮਤੇ ਸਾਲ ਰਿਹਾ, ਫਿਰ ਪਰਮਾਤਮਾ ਅਬਰਾਹਮ ਇਸ ਸੋਗੀ ਵਾਅਦਾ ਕੀਤਾ। ਜਾਲੂ ਅਬਰਾਹਮ ਕਨਾਨ ਦੇਸੇ 'ਚ ਪੁੱਜਾ ਤਾਂ ਪਰਮਾਤਮਾ ਤਿਸਨੇ ਗਲਾਇਆ, ਆਪਣੇ ਚੋਨੀ ਪਾਸੇ ਨਜ਼ਰ ਕਰੀ ਨੇ ਦਿਖ, ਮੈਂ ਤੀਜੋ ਇਹ ਸਾਰਾ ਦੇਸ਼ ਦਿੰਗਾ। ਕਨੇ ਤੇਰਾ ਵੰਸ਼ ਹਮੇਸ਼ਾ ਤਾਈਂ ਇਸ ਦੇਸੇ ਪਰ ਹੱਕ ਰੱਖਗਾ। ਤਾਲੂ ਅਬਰਾਹਮ ਤਿੱਥੋਂ ਬਸੀ ਗਿਆ। ਮਲਿਕੀ ਸਿਦਕ ਨਾਏ ਦਾ ਇੱਕ ਮਾਣੂ ਥਾ, ਜਿਹੜਾ ਸਰਵ ਸ਼ਕਤੀਮਾਨ ਪਰਮਾਤਮੇ ਦਾ ਯਾਜਕ ਥਾ। ਇੱਕ ਦਿਨ ਜਾਲੂ ਅਬਰਾਹਮ ਯੁੱਧ ਕਰੀ ਨੇ ਵਾਪਸ ਆਉਂਦਾ ਥਾ ਤਾਂ ਸਹਿ ਕਨੇ ਅਬਰਾਹਮ ਮਿਲੇ। ਮਲਿਕੀ ਸਦਿਕੈ ਅਬਰਾਹਮ ਜੋ ਅਸੀਸ ਦਿੱਤੀ ਕਨੇ ਗਲਾਇਆ, ਸਰਵ ਸ਼ਕਤੀਮਾਨ ਪਰਮਾਤਮਾ ਜਿਹੜਾ ਸਵਰਗੇ ਕਨੇ ਧਰਤੀ ਦਾ ਮਾਲਿਕ ਹੈ, ਸਹਿ ਤੀਜੋ ਅਸੀਸ ਦਿੰਗਾ। ਫਿਰ ਅਬਰਾਹਮ ਯੁੱਧ 'ਚ ਜਿੱਤੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਮਲਿਕੀ ਸਦਿਕ ਜੋ ਦਿੱਤਾ। ਮਤੇ ਸਾਲ ਹੋਈ ਗਏ, ਅਪਰ ਅਬਰਾਹਮ ਕਨੇ ਸਾਰੇ ਦੀ ਕੋਈ ਔਲਾਦ ਨਹੀਂ ਥੀ। ਪਰਮਾਤਮਾ ਅਬਰਾਹਮ ਨੇ ਗੱਲ ਕੀਤੀ, ਕਨੇ ਫਿਰੀ ਵਾਅਦਾ ਕੀਤਾ ਕਿ ਤੀਜੋ ਤਾਈਂ ਤੇਰੀਆਂ ਲਾੜੀਆਂ ਸਾਰੇ ਤੇ ਇੱਕ ਜਗਤ ਪੈਦਾ ਹੋਊਗਾ। ਕਨੇ ਜਿਹਾਂ ਅੰਬਰ 'ਚ ਤਾਰੇ ਹਨ ਤੀਆਂ ਹੀ ਤੇਰਾ ਵੰਸ਼ ਵੀ ਹੋਊਗਾ। ਅਬਰਾਹਮ ਪਰਮਾਤਮਾ ਦੇ ਵਾਅਦੇ ਪਰ ਵਿਸ਼ਵਾਸ ਕੀਤਾ। ਪਰਮਾਤਮਾ ਘੋਸ਼ਣਾ ਕੀਤੀ ਕਿ ਅਬਰਾਹਮ ਇੱਕ ਧਰਮੀ ਮਾਣੂ ਹੈ, ਕਜੋ ਕਿ ਤਿੰਨੀ ਪਰਮਾਤਮਾ ਦੇ ਵਾਅਦੇ ਪਰ ਵਿਸ਼ਵਾਸ ਕੀਤਾ ਥਾ। ਤਾਲੂ ਪਰਮਾਤਮਾ ਅਬਰਾਹਮ ਨੇ ਇੱਕ ਵਾਅਦਾ ਕੀਤਾ। ਇਸਦੇ ਬਾਰੇ 'ਚ ਦੇਖਿਆ ਜਾਣ ਤਾਂ ਇੱਕ ਵਾਅਦਾ ਦੋ ਦਲਾਂ ਵਿੱਚ ਇੱਕ ਹੀ ਦੂਏ ਤਾਈਂ ਕੰਮਾਂ ਜੋ ਕਰਨੇ ਦਾ ਇੱਕ ਸਮਝੌਤਾ ਹੁੰਦਾ ਹੈ। ਪਰਮਾਤਮਾ ਅਬਰਾਹਮ ਨੇ ਸਹਿ ਵਾਅਦਾ ਤਾਲੂ ਕੀਤਾ ਥਾ ਜਾਲੂ ਅਬਰਾਹਮ ਸੁੱਤਿਆ ਥਾ, ਅਪਰ ਸਹਿ ਤਾਲੂ ਵੀ ਪਰਮਾਤਮਾ ਦੀਆਂ ਗੱਲਾਂ ਜੋ ਸੁਣੀ ਸਕਦਾ ਥਾ। ਪਰਮਾਤਮਾ ਗਲਾਇਆ, ਮੈਂ ਤੇਰੇ ਸਰੀਰੇ ਤੇ ਪੈਦਾ ਕਰੀ ਨੇ ਤੀਜੋ ਤਾਈ ਪੁੱਤਰ ਦਿੰਗਾ, ਮੈਂ ਤੇਰੇ ਬੰਸੇ ਜੋ ਇਹ ਕਨਾਨ ਦੇਸ਼ ਦਿੰਦਾ ਹੈ।
ਅਪਰ ਹਲੇ ਤੱਕ ਅਬਰਾਮੇ ਦਾ ਕੋਈ ਪੁੱਤਰ ਨਹੀਂ ਥਾ।